ਐਮ ਰਸ਼ਨੀ ਫਰੋਮ ਵੈਸਟਰਨ ਓਵਰਸੀਜ਼। ਅੱਜ ਫਿਰ ਮੈਂ ਤੁਹਾਡੇ ਨਾਲ ਜੁੜ ਰਹੀ ਹਾਂ ਇੱਕ ਹੋਰ ਸਟੂਡੈਂਟ ਦਾ ਵੀਜ਼ਾ ਲੈ ਕੇ। ਇਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ। ਇਹਨਾਂ ਦਾ ਅੱਜ ਕੈਨੇਡਾ ਦਾ ਵੀਜ਼ਾ ਆਇਆ ਵਿਦਇਨ 33 ਡੇਜ਼। ਇਹਨਾਂ ਦੀ ਪ੍ਰੋਫਾਈਲ ਥੋੜ੍ਹੀ ਜਿਹੀ ਕੰਪਲੀਕੇਟਡ ਸੀ। ਇਹਨਾਂ ਨੇ ਪਲੱਸ ਟੂ 2015 ਦੇ ਵਿੱਚ ਪਾਸ ਕੀਤੀ ਹੈ ਐਂਡ ਉਸ ਤੋਂ ਬਾਅਦ ਇਹਨਾਂ ਨੇ ਇੱਕ ਸਾਲ ਦਾ ਡਿਪਲੋਮਾ ਕੀਤਾ ਹੈ ਬਿਜ਼ਨਸ ਮਾਰਕੀਟਿੰਗ ਦੇ ਵਿੱਚ। ਸੋ ਇਹਨਾਂ ਨੇ ਮੇਰੇ ਕੋਲ ਆ ਕੇ ਅਪਲਾਈ ਕੀਤਾ ਕੋਨੇਸਟੋਗਾ ਕਾਲਜ ਲਈ। ਅੱਜ ਇਹਨਾਂ ਦਾ ਵੀਜ਼ਾ ਆਇਆ। ਫਸਟ ਆਫ ਆਲ ਮੈਂ ਗੁਰਪ੍ਰੀਤ ਨੂੰ ਕੰਗਰੈਚੁਲੇਟ ਕਹਿਣਾ ਚਾਹੂੰਗੀ ਉਹਨਾਂ ਦੇ ਵੀਜ਼ਾ ਲਈ। ਕੰਗਰੈਚੁਲੇਸ਼ਨ ਗੁਰਪ੍ਰੀਤ, ਆਪਣੇ ਕੁਛ ਵਿਊਜ਼ ਸ਼ੇਅਰ ਕਰੋ ਸਾਡੇ ਸਟੂਡੈਂਟਸ ਦੇ ਨਾਲ। ਹੈਲੋ ਐਵਰੀਵਨ, ਮੈਂ ਨੇਮ ਇਜ਼ ਗੁਰਪ੍ਰੀਤ ਸਿੰਘ ਐਂਡ ਅੱਜ ਮੈਂ ਬਹੁਤ ਹੀ ਖੁਸ਼ ਹਾਂ ਕਿਉਂਕਿ ਮੈਂ ਅੱਜ ਆਪਦਾ ਵੀਜ਼ਾ ਲਿਆ ਵਾ। ਇਸ ਤੋਂ ਪਹਿਲਾਂ ਮੈਂ ਬਹੁਤ ਹੀ ਇਹ ਦੁਖੀ ਸੀਗਾ ਕਿਉਂਕਿ ਮੈਂ ਪਹਿਲਾਂ ਇਸ ਤੋਂ ਪਹਿਲਾਂ ਕਾਫੀ ਸਾਰੇ ਕੰਸਲਟੈਂਟ ਕੋਲ ਗਿਆ ਸੀ ਔਰ ਇਨਫੋਰਮੇਸ਼ਨ ਦੇ ਲਈ, ਬਟ ਕੋਈ ਵੀ ਕੰਸਲਟੈਂਟ ਮੈਨੂੰ ਕਿਸੇ ਨੇ ਵੀ ਵਧੀਆ ਗਾਈਡ ਨਹੀਂ ਕੀਤਾ ਸੀਗਾ। ਅਤੇ ਇਸ ਤੋਂ ਬਾਅਦ ਫਿਰ ਮੈਂ ਵੈਸਟਰਨ ਓਵਰਸੀਜ਼ ਆਇਆ ਅਤੇ ਇੱਥੇ ਮੈਨੂੰ ਰਜਨੀ ਮੈਮ ਨੇ ਬਹੁਤ ਹੀ ਵਧੀਆ ਗਾਈਡ ਕੀਤਾ ਅਤੇ ਉਹਨਾਂ ਨੇ ਸਟੈਪ ਟੂ ਸਟੈਪ ਮੈਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਅਤੇ ਅੱਜ ਮੇਰਾ ਵੀਜ਼ਾ ਆ ਗਿਆ ਹੈ ਅਤੇ ਮੈਂ ਬਹੁਤ ਹੀ ਖੁਸ਼। ਅੰਕਲ ਜੀ, ਤੁਹਾਡੇ ਬੇਟੇ ਦਾ ਵੀਜ਼ਾ ਆਇਆ, ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਔਰ ਤੁਹਾਡੇ ਐਕਸਪੀਰੀਅੰਸ ਕਿੱਦਾਂ ਦੇ ਰਹੇ ਵੈਸਟਰਨ ਓਵਰਸੀਜ਼ ਦੇ? ਬਹੁਤ ਵਧੀਆ ਰਿਹਾ ਜੀ, ਸਾਡਾ ਟਾਈਮ ਨਹੀਂ ਬਿਲਕੁਲ ਨਹੀਂ ਖਰਾਬ ਹੋਇਆ ਹੈਗਾ ਅਤੇ ਅੱਜ ਮੈਂ ਬਹੁਤ ਖੁਸ਼ ਹਾਂ ਮੇਰੇ ਬੱਚੇ ਦੇ ਨਾਲ ਜੀ। ਕੈਨੇਡਾ ਜਾ ਰਿਹਾ। ਥੈਂਕ ਯੂ।